ਵਾਰਦਾਤ ਸਾਰੀ ਹੋਈ ਉਹੀ ਵਾਰਦਾਤ ਇਉਂ ਆ ਜੀ, ਮੈਂ ਸਾਧਕੋਂ ਆ ਰਿਹਾ ਸੀਗਾ ਅਤੇ ਇੱਥੇ 8 ਕੁ ਮੁੰਡੇ ਖੜ੍ਹੇ ਸੀਗੇ ਪਹਿਲਾਂ ਹੀ, ਅਤੇ ਛੱਕ ਪਿਆ ਸੀ, ਮੈਂ ਅੱਗੇ ਜਾ ਕੇ ਰੁਕ ਗਿਆ ਕਿਤੇ ਦੁਕਾਨ 'ਤੇ ਬਹਿ ਗਿਆ, ਪਰ ਮੈਂ ਫਿਰ ਜਦੋਂ ਤੁਰਿਆ 10 ਕੁ ਮਿੰਟਾਂ ਬਾਅਦ ਫਿਰ ਦੁਬਾਰਾ ਮੈਂ ਵੇਖਿਆ ਕੋਈ ਨਹੀਂ ਸੀਗਾ, ਅਤੇ ਮੈਂ ਐਕਟਿਵਾ ਲੈ ਕੇ ਤੁਰ ਪਿਆ ਅੱਗੇ ਜਾ ਕੇ ਜਿਹੜਾ ਉਹ ਪੈਟਰੋਲ ਪੰਪ ਆਉਂਦਾ ਹੈਗਾ। ਉੱਥੇ ਆ ਕੇ ਮੁੰਡਿਆਂ ਨੇ ਮੈਨੂੰ ਘੇਰ ਲਿਆ, 4 ਜਣਿਆਂ ਨੇ 3 ਮੋਟਰਸਾਈਕਲ ਅੱਗੇ ਲਾ ਲਏ, ਮੁੰਡੇ 8 ਸੀ, 4 ਨੇ ਮੇਰੀ ਐਕਟਿਵਾ ਦੀ ਚਾਬੀ ਫੜੀ, ਐਕਟਿਵਾ 'ਚ ਪੈਸੇ ਕੱਢੇ, ਅਤੇ 1-4 ਜਣਿਆਂ ਨੇ ਮੈਨੂੰ ਗਲਮੇ 'ਚ ਹੱਥ ਪਾ ਕੇ ਝਾੜੀਆਂ 'ਚ ਸੁੱਟ ਲਿਆ ਜੀ। ਕਿੰਨੇ ਪੈਸੇ ਸੀ ਅਤੇ ਕੀ ਕੰਮ ਕਰਦੇ? ਆਪਣਾ ਜੀ ਕਨਫੈਕਸ਼ਰੀ ਦਾ ਕੰਮ ਆ ਜੀ, ਹੋਲਸੇਲ ਦਾ, ਅਤੇ ਚੈਨੀ ਖੋਹ ਕੇ ਲੈ ਗਏ ਗਲ 'ਚ ਹੱਥ ਪਾ ਕੇ, ਅਤੇ ਮੰਨ ਕੇ ਚੱਲੋ ਵੀ ਇੱਕ ਅੱਧੀ ਸੋਟੀ ਸਾਟੀ ਮਾਰੀ ਜਿਵੇਂ ਸਫੈਦੇ ਦੀ ਸੀਗੀ, ਉਹ ਵੀ ਉੱਥੇ ਬਰਾਮਦ ਹੋਈ ਹੈ ਤਾਂ ਕਰਕੇ। ਅਤੇ ਉਹ 4 ਮੁੰਡੇ ਸੀ ਜਿਹੜੇ, ਉਹਨਾਂ ਨੇ ਵਿੱਚੋਂ ਐਕਟਿਵਾ 'ਚ ਪੈਸੇ ਕੱਢੇ ਅਤੇ ਉਵੇਂ ਹੀ ਭੱਜ ਗਏ ਜੀ ਨਾਲ ਦੀ ਨਾਲ। ਕਿੱਧਰੋਂ ਆ ਰਹੇ ਸੀ? ਕਿੱਧਰ ਜਾ ਰਹੇ? ਮੈਂ ਸਾਧਕੋਂ ਆ ਰਿਹਾ ਸੀ, ਘਰ ਨੂੰ ਜਾ ਰਿਹਾ ਸੀ ਸਿਰਫ, ਜਤਿੰਦਰ ਚੌਂਕ 'ਚ ਜੀ। ਇਹ ਦਲੀਪ ਨਾਂ ਇਹਨਾਂ ਦਾ ਜੀ, ਸੁਭਾਸ਼ ਚੌਂਕ ਦੇ ਰਹਿਣ ਵਾਲੇ ਆ, ਪੇਮੈਂਟ ਲੈ ਕੇ ਆ ਰਹੀ ਸਾਧਕ ਤੋਂ। ਇਹ ਕਹਿੰਦੇ ਇੱਥੇ ਜਿਹੜਾ ਹੈਗਾ ਸਮਰਾ ਪੰਪ ਦੇ ਕੋਲ ਜਿਹੜੇ ਮੇਰੇ ਨਾਲ ਕੁੱਟਮਾਰ ਕਰਕੇ ਬੰਦੇ ਨੇ, ਕਹਿੰਦੇ ਮੇਰੀ 40,000 ਪੇਮੈਂਟ ਖੋਲੀ। ਇਹ ਜੀ 3 ਮੋਟਰਸਾਈਕਲ 'ਤੇ ਦੱਸੇ ਜਾ ਰਹੇ ਆ, ਅਤੇ ਆਪਣਾ 7-8 ਬੰਦੇ ਕਹਿ ਰਹੇ ਜੀ। ਹਾਂਜੀ, ਬਸ ਅਜੇ ਪਹੁੰਚੇ ਹਾਂ ਜੀ, ਦੇਖ ਕਾਰਵਾਈ ਕਰਾਂਗੇ ਜੀ ਬਸ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ। ਧੰਨਵਾਦ।